ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਖਾਲਸਾ ਜੀ, ਅੱਜ ਸਾਡਾ ਜਥਾ ਦੇਗ ਤੇਗ ਫਤਿਹ ਹੈਰੀਟੇਜ ਗਰੁੱਪ ਦਾ ਪੂਰਾ ਜਥਾ, ਅੱਜ ਅਸੀਂ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਕਿਲ੍ਹਾ ਲੋਹਗੜ੍ਹ, ਜਿਹੜਾ ਅਸੀਂ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਵਿੱਚ ਪਹੁੰਚਣ ਵਾਲੇ ਹਾਂ, ਇੱਥੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਰਾਜ ਕੀਤਾ ਅਤੇ ਖਾਲਸਾ ਰਾਜ ਦੇ ਸਿੱਕੇ ਚਲਾਏ। ਅੱਜ ਦਾ ਦਿਨ ਅਸੀਂ ਤਾਂ ਕਰਕੇ ਚੁਣਿਆ ਹੈ, ਅੱਜ ਦੇ ਦਿਨ ਸਤਿਕਾਰਯੋਗ ਖਾਲਸਾ ਜੀ ਪੰਥ ਦਾ ਪਹਿਲਾ ਬਾਦਸ਼ਾਹ, ਕੌਮ ਦਾ ਪਹਿਲਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਗੁਰਦਾਸ ਨੰਗਲ ਦੀ ਜਿਹੜੀ ਗੜੀ ਸੀਗੀ ਉਹਦੇ ਵਿੱਚੋਂ ਗ੍ਰਿਫਤਾਰ ਕਰਕੇ ਦਿੱਲੀ ਲੈ ਗਏ ਸੀਗੇ। ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ 1716 ਦੇ ਵਿੱਚ ਸ਼ਹੀਦ ਕੀਤਾ ਗਿਆ, ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ ਭਾਈ ਬਾਜ ਸਿੰਘ, ਭਾਈ ਰਾਮ ਸਿੰਘ, ਭਾਈ ਫਤਿਹ ਸਿੰਘ, ਭਾਈ ਗੁਲਾਬ ਸਿੰਘ ਬਖਸ਼ੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਛੋਟਾ ਜਿਹਾ ਪੁੱਤਰ ਜਿਹਦੀ ਉਮਰ ਉਸ ਵੇਲੇ 4 ਸਾਲ ਦੀ ਸੀਗੀ, ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਅਤੇ ਹੋਰ ਜਿਹੜੇ ਕਹਿੰਦੇ ਨੇ ਹਿਸਟਰੀ ਦੇ ਵਿੱਚ 600-700 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ ਸਨ। ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ। ਅੱਜ ਸਾਡਾ ਸਾਰਾ ਜਥਾ, ਅਸੀਂ ਅੱਜ ਤਾਂ ਪ੍ਰੋਗਰਾਮ ਬਣਾਇਆ, ਸਾਡੇ ਪੂਰੇ ਜਥੇ ਨੇ ਗੁਰਦੁਆਰਾ ਕਰਕੇ ਅਸੀਂ ਪ੍ਰੋਗਰਾਮ ਬਣਾਇਆ ਸੀ ਵੀ ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਜਿਹੜਾ ਇਹ ਅਸਥਾਨ ਹੈ ਕਿਲ੍ਹਾ ਲੋਹਗੜ੍ਹ ਸਾਹਿਬ, ਖਾਲਸਾ ਰਾਜ ਦੀ ਪਹਿਲੀ ਰਾਜਧਾਨੀ, ਇੱਥੇ ਜਾ ਕੇ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਉਹਨਾਂ ਨੂੰ ਨਤਮਸਤਕ ਹੋਈਏ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਪਹੁੰਚੇ ਹਾਂ। ਹੁਣ ਜਿਹੜੀ ਅਗਲੀ ਗੱਲ ਸਤਿਕਾਰਯੋਗ ਖਾਲਸਾ ਜੀ ਜਿਹੜੀ ਮੈਂ ਕਰਨ ਜਾ ਰਿਹਾ, ਅਸੀਂ ਹੁਣ ਇੱਕ ਦੂਜਾ ਪ੍ਰੋਗਰਾਮ ਜਿਹੜਾ ਬਣਾਇਆ, ਜਿਹੜਾ ਕਿਲ੍ਹਾ ਹੈ, ਕਿਲ੍ਹਾ ਜਦ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਸ਼ਹੀਦ ਕਰਤਾ, ਜਿਹੜੀ ਮੁਗਲ ਹਕੂਮਤ ਸੀਗੀ ਉਹਨਾਂ ਨੂੰ ਇਹ ਲੱਗਿਆ ਵੀ ਜੇ ਇਹ ਕਿਲ੍ਹਾ ਇੱਦਾਂ ਹੀ ਚੱਲਦਾ ਰਿਹਾ, ਇਹ ਕਿਲ੍ਹਾ ਇੱਦਾਂ ਹੀ ਰਿਹਾ ਤਾਂ ਜਿਹੜੀ ਖਾਲਸਾ ਫੌਜ ਹੈ, ਖਾਲਸਾ ਹੈ, ਸਿੱਖ ਕੌਮ ਹੈ, ਉਹ ਇਸ ਕਿਲ੍ਹੇ ਦੇ ਵਿੱਚ ਆ ਕੇ ਆਪਣੀ ਰਾਜਧਾਨੀ ਦੁਬਾਰਾ ਸੁਰਜੀਤ ਕਰ ਲੈਣਗੇ। ਉਹਨਾਂ ਨੇ ਇਹ ਜਿਹੜਾ ਕਿਲ੍ਹਾ ਹੈ, ਕਹਿੰਦੇ ਨੇ ਵੀ ਜ਼ਕਰੀਆ ਖਾਨ ਦੀ ਡਿਊਟੀ ਲਾਈ ਸੀਗੀ ਮੁਗਲ ਹਕੂਮਤ ਨੇ ਇਹਨੂੰ ਢਾਉਣ ਵਾਸਤੇ। ਜ਼ਕਰੀਆ ਖਾਨ ਨੇ ਬਹੁਤ ਜ਼ਿਆਦਾ ਲੰਬੇ ਸਮੇਂ ਦੇ ਵਿੱਚ ਇਸ ਕਿਲ੍ਹੇ ਨੂੰ ਤਹਿਸ ਨਹਿਸ ਕੀਤਾ, 10 ਸਾਲ ਲੱਗ ਗਏ ਉਹਨੂੰ ਕਿਲ੍ਹਾ ਢਾਉਣ ਨੂੰ, ਉਹਨੇ ਕਿਲ੍ਹਾ ਪੂਰੀ ਤਰ੍ਹਾਂ ਢਾ ਦਿੱਤਾ ਸੀਗਾ। ਅਤੇ ਹੁਣ ਬਹੁਤ ਜ਼ਿਆਦਾ ਪ੍ਰਬਲ ਇੱਛਾ ਸਾਡੀ ਇਹ ਹੈ ਵੀ ਇਹ ਕਿਲ੍ਹਾ ਜਿਹੜਾ ਜਿੱਦਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਬਣਾਇਆ ਸੀਗਾ ਉੱਦਾਂ ਦੀ ਹਾਲਤ ਦੇ ਵਿੱਚ ਦੁਬਾਰਾ ਹੁਣ ਸਿੱਖ ਕੌਮ ਕੋਲ ਕੋਈ ਕਿਸੇ ਗੱਲ ਦੀ ਕੋਈ ਘਾਟ ਨਹੀਂ ਹੈ, ਨਾ ਤਾਂ ਪੈਸੇ ਦੀ ਘਾਟ ਹੈ, ਨਾ ਕੋਈ ਮੈਨਪਾਵਰ ਦੀ ਘਾਟ ਹੈ, ਅਤੇ ਹਰ ਤਰ੍ਹਾਂ ਦੀ ਸਿੱਖ ਕੌਮ ਕੋਲ ਇਸ ਵੇਲੇ ਸਮਰੱਥਾ ਹੈ। ਇਹ ਖਾਲਸਾ ਰਾਜ ਦੀ ਜਿਹੜੀ ਪਹਿਲੀ ਰਾਜਧਾਨੀ ਹੈ ਇਹ ਹੁਣ ਆਪਾਂ ਨੂੰ ਬਣਾ ਲੈਣਾ ਚਾਹੀਦਾ। ਅਸੀਂ ਸਾਰਿਆਂ ਨੇ ਅੱਜ ਸੋਚ ਕੇ, ਅੱਜ ਗੁਰਮਤਾ ਕਰਕੇ ਸਾਰੀ ਸਾਡੀ ਜਥੇਬੰਦੀ ਪੂਰੇ ਸਿੰਘ ਸਾਡੇ ਇੱਥੇ ਪਹੁੰਚੇ ਹੈ। ਅਸੀਂ ਹੁਣ ਅਗਲੇ ਐਤਵਾਰ ਤੋਂ ਸਾਡੇ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਹੈ ਬੁੱਢਾ ਦਲ ਵਾਲੇ ਜਿਹੜੇ ਬਾਬਾ ਬਲਵੀਰ ਸਿੰਘ ਉਹਨਾਂ ਦਾ, ਉੱਥੇ ਜਿਹੜੇ ਬਾਬਾ ਜੀ ਹੈ ਉਹਨਾਂ ਨਾਲ ਵੀ ਸਾਡੀ ਅੱਜ ਸਲਾਹ ਹੋਈ ਹੈ। 2 ਜੁਲਾਈ ਦਿਨ ਐਤਵਾਰ ਸਾਡੀ ਸਾਰੀ ਜਥੇਬੰਦੀ, ਮੈਂ ਪੂਰੀ ਕੌਮ ਨੂੰ, ਜਿਹੜੇ ਜਿਹੜੇ ਸਿੰਘ ਹਿੰਮਤ ਕਰ ਸਕਦੇ ਨੇ, ਜਿਹੜੇ ਜਿਹੜੇ ਸਿੰਘ ਪਹੁੰਚ ਸਕਦੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਈ ਸਾਰੇ ਜਣੇ ਇੱਥੇ ਪਹੁੰਚੋ। ਇਹ ਗੁਰਦੁਆਰਾ ਸਾਹਿਬ ਜਿਹੜੇ ਥੱਲੇ ਜਿੱਥੇ ਬੁੱਢਾ ਦਲ ਵਾਲਿਆਂ ਦੇ ਗੁਰਦੁਆਰਾ ਸਾਹਿਬ ਹੈ ਉੱਥੋਂ ਜਾਵਾਂਗੇ ਆਪਾਂ, ਉੱਥੇ ਇਕੱਠੇ ਹੋਵਾਂਗੇ। ਉਸ ਤੋਂ ਬਾਅਦ ਉੱਤੇ ਆਪਾਂ ਕਿਲ੍ਹੇ 'ਤੇ ਜਾਵਾਂਗੇ, ਕਿਲ੍ਹੇ ਦੇ ਵਿੱਚ ਜਿਹੜੀ ਕਾਰ ਸੇਵਾ ਸ਼ੁਰੂ ਹੋਊਗੀ, ਜਿਹਦੇ ਵਿੱਚ ਜਿੰਨੇ ਵੀ ਕਿਲ੍ਹੇ ਦੇ ਵਿੱਚ ਅੱਸਾ ਰੂਟ ਜੋ ਵੀ ਹੈ, ਬੂਟੀਆਂ, ਘਾਹ, ਘਾਸ, ਜੋ ਵੀ ਜਿਹੜੇ ਛੋਟੇ ਮੋਟੇ ਦਰਖਤ ਉੱਗੇ ਹੋਏ ਹੈ ਉਹ ਸਫਾਈ ਕਰਕੇ ਬਿਲਕੁਲ ਉਹਨੂੰ ਪੱਧਰਾ ਕਰ ਦਿੱਤਾ ਜਾਊਗਾ। 2 ਜੁਲਾਈ ਅਤੇ ਦਿਨ ਐਤਵਾਰ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਜਿਹੜਾ ਕਿਲ੍ਹਾ ਲੋਹਗੜ੍ਹ ਸਾਹਿਬ ਹੈ ਉੱਥੇ ਪਹੁੰਚ ਜਾਣਾ, ਅਤੇ ਸਾਰਾ ਸਾਡਾ ਵੀ ਜਥਾ ਪਹੁੰਚ ਜੂਗਾ, ਅਤੇ ਹੋਰ ਜਿਹੜੀਆਂ ਸੰਗਤਾਂ ਸਾਡੇ ਨਾਲ ਆਉਣਾ ਚਾਹੁੰਦੀਆਂ ਜਾਂ ਹੋਰ ਆਪਣੇ ਆਪ ਆਉਣਾ ਚਾਹੁੰਦੀਆਂ, ਸਾਡੀ ਇਹ ਵੀਡੀਓ ਦੇਖ ਕੇ ਜਿਹੜੀਆਂ ਸੰਗਤਾਂ ਆਉਣਾ ਚਾਹੁੰਦੀਆਂ ਹੈ ਉਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਕਿਉਂਕਿ ਖਾਲਸਾ ਜੀ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਬਾਕੀ ਬਹੁਤ ਧਾਰਮਿਕ ਸਥਾਨ ਜਿਹੜੇ ਹੈ ਉਹ ਸਾਰੇ ਸਤਿਕਾਰਯੋਗ ਹੈ, ਸਾਰੇ ਹਰ ਇੱਕ ਜਗ੍ਹਾ ਆਪਾਂ ਨੇ ਜਾਣਾ ਹੁੰਦਾ, ਪਰ ਇਹ ਜਿਹੜਾ ਸਾਡਾ ਮਸਤ ਸਾਡਾ ਜਿਹੜਾ ਇਹ ਜ਼ਰੂਰੀ ਬਣ ਜਾਂਦਾ, ਬਹੁਤ ਸਾਡੀ ਜ਼ਿੰਮੇਵਾਰੀ ਬਣ ਜਾਂਦੀ। ਇਹ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਹੈ, ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂ ਦੇ ਉੱਤੇ ਸਿੱਕੇ ਜਾਰੀ ਕਰੇ ਸੀ, ਇੱਥੋਂ ਮੋਹਰਾਂ ਜਾਰੀ ਕਰੀਆਂ ਸੀ। ਇਹ ਸਾਡਾ ਖਾਲਸਾ ਰਾਜ ਦੀ ਜਿਹੜੀ ਸਥਾਪਨਾ ਹੋਈ, ਜਿਹੜੀ ਸ਼ੁਰੂਆਤ ਹੋਈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਗੁਰੂ ਸਾਹਿਬ ਨੇ ਜਿਹੜਾ ਖਾਲਸੇ ਦੇ ਰਾਜ ਦੀ ਸ਼ੁਰੂਆਤ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਸਿਰ 'ਤੇ ਹੱਥ ਰੱਖ ਕੇ ਉਹਨਾਂ ਤੋਂ ਇੱਥੇ ਇਸ ਕਿਲ੍ਹੇ ਦੇ ਵਿੱਚੋਂ ਸ਼ੁਰੂਆਤ ਕਰਵਾਈ ਸੀਗੀ, ਸਾਡਾ ਫਰਜ਼ ਬਣ ਜਾਂਦਾ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਪੁਰਜ਼ੋਰ ਅਪੀਲ ਕਰਦਾ ਪੂਰੀ ਖਾਲਸਾ ਪੰਥ ਨੂੰ, ਪੂਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਵੀ ਸਤਿਕਾਰਯੋਗ ਖਾਲਸਾ ਜੀ ਅਸੀਂ 2 ਜੁਲਾਈ ਦਿਨ ਐਤਵਾਰ ਸਾਰੀ ਸੰਗਤ ਜਿਹੜੀ ਹੈ ਉਹ ਜਿੰਨੇ ਵੀ ਗਿਣਤੀ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਸਕਦੇ ਹੋਏ ਕਿਲ੍ਹਾ ਲੋਹਗੜ੍ਹ ਸਾਹਿਬ ਦੀ ਕਾਰ ਸੇਵਾ ਦਾ ਸ਼ੁਰੂ ਕਰਨ ਜਾ ਰਹੇ ਹਾਂ। ਉੱਥੇ ਫਿਲਹਾਲ ਤਾਂ ਅਸੀਂ ਸਫਾਈ ਕਰਾਂਗੇ, ਸਾਰੀ ਸੰਗਤ ਨੇ ਐਤਵਾਰ ਨੂੰ 2 ਜੁਲਾਈ ਨੂੰ ਇੱਥੇ ਗੁਰਦੁਆਰਾ ਸਾਹਿਬ, ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ।
ਇਹੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਅਤੇ ਸ਼ਹੀਦਾਂ ਸਿੰਘਾਂ ਨੂੰ ਸ਼ਰਧਾਂਜਲੀ ਹੋਵੇਗੀ, ਇਹੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।